ਤੁਸੀਂ ਸਵਾਗਤ ਕਰਨਾ ਚਾਹੁੰਦੇ ਹੈਗੇ ਆ ਕਵਰ ਸੰਧੂ ਜੀ ਦਾ। ਕਵਰ ਸੰਧੂ ਜੀ, ਤੁਹਾਡਾ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ। ਯੁਧਵੀਰ, ਬਹੁਤ ਬਹੁਤ ਧੰਨਵਾਦ, ਮੈਨੂੰ ਬੜੀ ਖੁਸ਼ੀ ਹੈ ਚੈਨਲ ਵਾਈ ਤੇ ਆ ਕੇ। ਮੈਂ ਤੁਹਾਡੇ ਚੈਨਲ ਦੀ, ਤੁਹਾਡੇ ਰੇਡੀਓ ਸਟੇਸ਼ਨ ਦੀ ਬਹੁਤ ਤਾਰੀਫ ਵੀ ਸੁਣੀ ਹੈ ਐਂਡ ਆਈ ਐਮ ਵੈਰੀ ਹੈਪੀ ਟੂ ਬੀ ਹੇਅਰ। ਟਾਈਮ ਸੀਗਾ ਕਿ 100 ਸੀਟਾਂ ਦੀ ਗੱਲ ਹੋ ਰਹੀ ਸੀ, ਫਿਰ 100 ਸੀਟਾਂ ਤੋਂ ਆਖਿਰਕਾਰ 20 ਸੀਟਾਂ ਕਿੱਦਾਂ ਰਹਿ ਗਈਆਂ? ਮੇਰੇ ਖਿਆਲ ਅਸੀਂ ਜਿਹੋ ਜਿਹੀ ਇਲੈਕਸ਼ਨ ਸਾਨੂੰ ਲੜਨੀ ਚਾਹੀਦੀ ਸੀਗੀ ਉਹ ਅਸੀਂ ਨਹੀਂ ਲੜ ਸਕੇ। ਇਫ ਯੂ ਵਾਂਟਡ ਟੂ ਪੁਆਇੰਟ ਜਸਟ 3 ਕਾਰਨ ਕਿ ਇਹ 3 ਕਾਰਨਾਂ ਕਾਰਨ ਸਾਡੀ ਇਹ ਵੱਡਾ ਲਾਸ। ਫੋਰਚੂਨੇਟਲੀ ਅਸੀਂ ਹਾਲੇ ਤੱਕ ਇਹਦੀ ਪ੍ਰੋਪਰ ਇੰਟਰੋਸਪੈਕਸ਼ਨ ਨਹੀਂ ਕਰ ਸਕੇ। ਕਾਂਗਰਸ ਦਾ ਕੈਂਡੀਡੇਟ ਇੱਕ ਸੀਗਾ ਚੀਫ ਮਿਨਿਸਟਰ ਦਾ, ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦਾ ਵੀ ਕੈਂਡੀਡੇਟ ਸੀਗਾ, ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਕਹਿੰਦੇ ਘੱਟੋ ਘੱਟ 15-20 ਜਣੇ ਐਸੇ ਸੀਗੇ ਜਿਨ੍ਹਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਸਰਕਾਰ ਤੇ ਬਣੀ ਗਈ ਹੈ, ਹੁਣ ਅਸੀਂ ਚੀਫ ਮਿਨਿਸਟਰ ਦੀ ਦੌੜ ਰਹੇ ਹਾਂ। ਪਰ ਮੇਰੇ ਖਿਆਲ ਕੁਝ ਜ਼ਰੂਰ ਹੋ ਸਕਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮੁਕਾਬਲੇ ਕੋਈ ਚਿਹਰਾ, ਚਾਹੇ ਕੋਈ ਪੰਜਾਬ ਤੋਂ ਹੁੰਦਾ ਜਾਂ ਅਰਵਿੰਦ ਕੇਜਰੀਵਾਲ ਜੀ, ਕੋਈ ਨਾ ਕੋਈ ਜੇ ਚਿਹਰਾ ਖੜਾ ਕੀਤਾ ਜਾਂਦਾ ਕਿ ਇਸ ਲੀਡਰ ਹੈਗਾ ਤਾਂ ਲੋਕ ਸ਼ਾਇਦ ਜ਼ਿਆਦਾ ਕਨਵਿੰਸਡ ਹੋਣ। ਦੋ ਐਸੀਆਂ ਕੋਈ ਹਾਈਲਾਈਟਸ ਜਿਹੜੀਆਂ ਤੁਸੀਂ ਸ਼ੇਅਰ ਕਰਨਾ ਚਾਹੋ, ਚਾਹੇ ਉਹ ਚੰਗੀਆਂ ਨੇ ਚਾਹੇ ਮਾੜੀਆਂ? ਠੀਕ ਹੈ, ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੀ ਕਾਲਸ ਕੈਨੇਡੀਅਨ ਪੋਲੀਟੀਸ਼ੀਅਨਸ ਸਮ ਆਫ ਦ ਸਿੱਖ ਯੂ ਨੋ ਪੋਲੀਟੀਸ਼ੀਅਨਸ ਐਸ ਖਾਲਿਸਤਾਨੀਸ, ਐਸ ਐਨ ਇੰਡੀਅਨ ਪੋਲੀਟੀਸ਼ੀਅਨ ਵਟ ਇਜ਼ ਯੋਰ ਕਮੈਂਟ ਔਨ ਦੈਟ? ਜਗਮੀਤ ਸਿੰਘ ਉਹਨਾਂ ਨੂੰ ਜਿਹੜਾ ਸਵਾਲ ਪੁੱਛਿਆ ਗਿਆ ਸੀਗਾ ਉਹ ਕੈਟਲੋਨੀਆ ਦੇ ਸਿਲਸਿਲੇ 'ਚ ਪੁੱਛਿਆ ਗਿਆ ਸੀਗਾ, ਠੀਕ ਹੈ, ਉਹਨਾਂ ਨੇ ਕੈਟਲੋਨੀਆ ਦੇ ਨਾਲ ਕਿਊਬੈਕ ਨੂੰ ਵੀ ਜੋੜ ਦਿੱਤਾ ਔਰ ਕਿਊਬੈਕ ਦੇ ਨਾਲ ਉਹਨਾਂ ਨੂੰ ਪੰਜਾਬ ਨੂੰ ਵੀ ਜੋੜ ਦਿੱਤਾ। ਸਿਗਨੇਟਰੀ ਟੂ ਦੀ ਯੂਨਾਈਟਿਡ ਨੇਸ਼ਨਸ, ਵਨ ਆਫ ਦੀ ਓਰਿਜਨਲ ਸਿਗਨੇਟਰੀਜ਼ ਵੇਅਰ ਦੇਰ ਇਜ਼ ਅ ਪ੍ਰੋਵੀਜ਼ਨ, ਤੁਸੀਂ ਉਹਨੂੰ ਭੁੱਲ ਤਾਂ ਨਹੀਂ ਨਾ ਸਕਦੇ ਕਿ ਆਮ ਆਦਮੀ ਪਾਰਟੀ ਆਪਸ ਦੇ ਵਿੱਚ ਜਿਹੜੀ ਆ ਉਹਨਾਂ ਦੀ ਟਸਲ ਜਿਹੜੀ ਆ ਬੜੀ ਚੱਲਦੀ ਰਹਿੰਦੀ ਹੈ। ਕਦੇ ਗੁਰਪ੍ਰੀਤ ਘੁੱਗੀ ਜੀ ਪ੍ਰਧਾਨ ਬਣਾਉਂਦੇ ਨੇ, ਕਦੇ ਗੁਰਪ੍ਰੀਤ ਘੁੱਗੀ ਜੀ ਅਗਲੇ ਦਿਨ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਮੀਟਿੰਗ ਹੋਈ ਔਰ ਉਹ ਬਾਹਰ ਹੋ ਗਏ। ਕੋਈ ਆਫਟਰਆਲ ਪਾਰਟੀ ਵੱਲੋਂ ਕੋਈ ਵਿਪ ਨਹੀਂ ਸੀ ਜਾਰੀ ਹੋਇਆ, ਕੋਈ ਪਾਰਟੀ ਵੱਲੋਂ ਕੋਈ ਸਟੇਟਮੈਂਟ ਨਹੀਂ ਸੀ ਜਾਰੀ ਹੋਈ, ਉਹਨਾਂ ਦਾ ਇੱਕ ਵਿਊ ਬਹੁਤ ਪਰੇਸ਼ਾਨ ਨੇ ਕਿ ਆਮ ਆਦਮੀ ਪਾਰਟੀ ਨੇ ਖੁੱਲ੍ਹ ਕੇ ਐਲਾਨ ਕਿਉਂ ਨਹੀਂ ਕੀਤਾ ਕਿ ਅਸੀਂ ਡੇਰਿਆਂ 'ਚ ਬਿਲਕੁਲ ਵੋਟ ਮੰਗਣ ਨਹੀਂ ਜਾਵਾਂਗੇ। ਮੈਂ ਕੋਈ ਜੋ ਆਮ ਆਦਮੀ ਪਾਰਟੀ ਤੋਂ ਜਾਂਦਾ ਆ ਜਾਂ ਜਿਹੜਾ ਆਉਣ ਵਾਲਾ ਹੈ ਨਹੀਂ ਆਉਂਦਾ, ਉਹ ਵਾਪਸ ਆਉਂਦਾ ਤਾਂ ਦੇਖਿਆ ਨਹੀਂ। ਗੁਰਪ੍ਰੀਤ ਘੁੱਗੀ ਜੀ ਚਲੇ ਗਏ, ਛੋਟੇਪੁਰ ਸਾਹਿਬ ਚਲੇ ਗਏ। ਖਬਰਾਂ ਇਹ ਵੀ ਆ ਰਹੀਆਂ ਕਿ ਜੋ ਖਿਚੜੀ ਅੰਦਰ ਦੀ ਪੱਕ ਰਹੀ ਹੈ, ਕਿਤੇ ਸੁਖਪਾਲ ਖਹਿਰਾ ਨਾਲ ਛੱਡ ਕੇ ਆਮ ਆਦਮੀ ਪਾਰਟੀ ਛੱਡ ਕੇ ਉਹਨਾਂ ਨਾਲ ਜੁਆਇਨ ਕਰ ਲੈਣ। ਆਪਾਂ ਜਿੰਨੀਆਂ ਮਰਜ਼ੀ ਅਟਕਲਾਂ ਲਾ ਲਈਏ, ਆਪਣੀ ਜਿਹੜਾ ਪੰਜਾਬੀ ਹੈ ਨਾ ਉਹ ਬਹੁਤ ਨਿੱਜੀ ਤੌਰ 'ਤੇ ਬਹੁਤ ਸਿਆਸੀ ਹੁੰਦਾ ਬੰਦਾ। ਪੰਜਾਬ ਦੇ ਵਿੱਚ ਕੋਈ ਪੱਤਾ ਵੀ ਨਹੀਂ ਹਿਲਦਾ ਅਰਵਿੰਦ ਕੇਜਰੀਵਾਲ ਜਾਂ ਦਿੱਲੀ ਦੀ ਟੀਮ ਦੀ ਮਰਜ਼ੀ ਤੋਂ ਬਿਨਾਂ। ਡੈਮੋਕ੍ਰੇਸੀ ਨਹੀਂ ਹੈ, ਇਕੱਲਾ ਅਰਵਿੰਦ ਕੇਜਰੀਵਾਲ ਸਾਰਾ ਡੰਡੇ ਦੇ ਨਾਲ ਕੰਮ ਚਲਾ ਰਿਹਾ ਹੈਗਾ ਔਰ ਇੱਥੇ ਕਿਸੇ ਦੀ ਗੱਲ ਜਿਹੜੀ ਆ ਉਹ ਸੁਣੀ ਨਹੀਂ ਜਾਂਦੀ ਔਰ ਇਹ ਵੀ ਉਹ ਬਾਹਰ ਜਾ ਕੇ ਕਹਿੰਦੇ ਨੇ ਕਿ ਇਹਨਾਂ ਨੂੰ ਸਿਰਫ ਯੈਸ ਮੈਨ ਹੀ ਚਾਹੀਦੇ। ਯੂ ਆਰ ਵਾਚਿੰਗ ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।